ਫਰੀਦਕੋਟ ਦੀ ਇੱਕ ਬੇਟੀ ਨੇ ਕੀਤਾ ਸੂਬੇ ਅਤੇ ਦੇਸ਼ ਦਾ ਨਾਂ ਰੋਸ਼ਨ। ਭੋਪਾਲ ਵਿੱਚ ਹੋਏ ISSF ਵਰਲਡ ਕੱਪ 2023 ਵਿੱਚ 50 ਮੀਟਰ ਰਾਈਫਲ ਸ਼ੂਟਿੰਗ ਦੇ ਵਿੱਚ ਕਾਂਸੇ ਦਾ ਮੈਡਲ ਜਿੱਤ ਕੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਂ ਅੰਤਰਰਾਸ਼ਟਰੀ ਪੱਧਰ 'ਤੇ ਕੀਤਾ ਰੋਸ਼ਨ। ਪੰਜਾਬ ਦੀਆਂ ਬੇਟੀਆਂ ਬੇਟਿਆਂ ਤੋਂ ਕਿਸੇ ਪਾਸਿਓਂ ਘੱਟ ਨਹੀਂ, ਇਹੀ ਗੱਲ ਸਾਬਤ ਹੋਈ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ। ਇੱਕ ਬੇਟੀ ਨੇ ਸੂਬੇ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ। ਸਿਫਤ ਕੌਰ ਸਮਰਾ ਨਾਮ ਦੀ ਇਸ ਬੇਟੀ ਨੇ ਹਾਲ ਹੀ ਦੇ ਵਿੱਚ ਭੋਪਾਲ ਦੇ ਵਿੱਚ ਹੋਏ ISSF ਵਰਲਡ ਕੱਪ 2023 ਦੇ ਵਿੱਚ 50 ਮੀਟਰ ਰਾਈਫਲ ਸ਼ੂਟਿੰਗ ਦੇ ਵਿੱਚ ਕਾਂਸੇ ਦਾ ਮੈਡਲ ਜਿੱਤ ਕੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਸਿਫਤ ਕੌਰ ਨੇ ਇਹ ਕਾਂਸੇ ਦਾ ਮੈਡਲ ਜਿੱਤ ਕੇ ਆਪਣੇ ਪਿਤਾ ਤੱਕ ਕੋਚ ਦਾ ਅਤੇ ਇਲਾਕੇ ਦਾ ਨਾਂ ਵੀ ਰੋਸ਼ਨ ਕੀਤਾ ਹੈ। ਨਿਸ਼ਾਨੇਬਾਜ਼ੀ ਵਿੱਚ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਦੇ ਵਿੱਚ ਹੋਈਆਂ ਪ੍ਰਤੀਯੋਗਤਾਵਾਂ ਦੇ ਵਿੱਚ ਹਿੱਸਾ ਲੈ ਕੇ ਇਸ ਨੇ ਅੱਗੇ ਵੀ ਗੋਲਡ, ਸਿਲਵਰ ਅਤੇ ਬ੍ਰੌਂਜ ਮੈਡਲ ਜਿੱਤੇ ਹਨ। ਅਗਸਤ 2022 ਦੇ ਵਿੱਚ ਕੋਰੀਆ ਦੇ ਵਿੱਚ ਹੋਏ ਸੀਨੀਅਰ ਵਰਲਡ ਕੱਪ ਦੇ ਵਿੱਚ ਵੀ ਇਸ ਨੇ ਦੇਸ਼ ਦੇ ਲਈ ਬ੍ਰੌਂਜ ਮੈਡਲ ਜਿੱਤਿਆ ਸੀ। ਹੁਣ ਇਹਦਾ ਸੁਪਨਾ ਹੈ ਕਿ ਓਲੰਪਿਕ ਦੇ ਵਿੱਚ ਗੋਲਡ ਮੈਡਲ ਜਿੱਤੇਗੀ। ਇਹਦੇ ਪਿਤਾ ਇੱਕ ਸਧਾਰਨ ਕਿਸਾਨ ਨੇ ਅਤੇ ਪਿਤਾ ਨੇ ਘਰ ਦੇ ਵਿੱਚ ਹੀ ਬੇਟੀ ਦਾ ਸੁਪਨਾ ਪੂਰਾ ਕਰਨ ਲਈ ਸ਼ੂਟਿੰਗ ਰੇਂਜ ਬਣਵਾ ਦਿੱਤੀ ਹੈ। ਇਸ ਤੋਂ ਪਹਿਲੇ ਵੀ ਉਹ ਫਰੀਦਕੋਟ ਵਿੱਚ ਸ਼ੂਟਿੰਗ ਰੇਂਜ ਨਾ ਹੋਣ 'ਤੇ ਚੰਡੀਗੜ੍ਹ ਅਤੇ ਦਿੱਲੀ ਤੱਕ ਆਪਣੀ ਬੇਟੀ ਨੂੰ ਟ੍ਰੇਨਿੰਗ ਲਈ ਭੇਜਦੇ ਰਹੇ। ਸਿਫਤ ਕੌਰ ਨਾਲ ਨਾਲ MBBS ਦੀ ਪੜ੍ਹਾਈ ਵੀ ਕਰਨਾ ਚਾਹੁੰਦੀ ਹੈ। ਉਹਨੇ ਦੱਸਿਆ ਕਿ ਉਹ 7 ਮੈਡਲ ਜਿੱਤ ਚੁੱਕੀ ਹੈ। ਮੇਰਾ ਨਾਮ ਸਿਫਤ ਕੌਰ ਸਮਰਾ ਹੈ ਅਤੇ ਮੈਂ 50 ਮੀਟਰ 3 ਪੋਜੀਸ਼ਨ ਸ਼ੂਟਰ ਹਾਂ। ਆਪਣੇ ਬਾਰੇ ਚ ਦੱਸੋ ਵੀ ਜੇ ਪਹਿਲਾਂ ਤੁਸੀਂ ਮੈਡਲ ਲੈ ਕੇ ਆਏ ਹੋ, ਕਿਹੜੀ ਪੋਜੀਸ਼ਨ ਦੀ ਸੀ ਉਦੋਂ, ਤੋਂ ਕਿੱਥੋਂ ਮੈਡਲ ਮਿਲਿਆ, ਹੁਣ ਕਿੱਥੋਂ ਤੁਸੀਂ ਖੇਡ ਗਏ? ਪਿਛਲੇ ਸਾਲ ਮੈਂ ISSF ਵਰਲਡ ਜੂਨੀਅਰ ਵਰਲਡ ਕੱਪ 'ਚੋਂ 5 ਮੈਡਲ ਜਿੱਤੇ ਸੀ। ਉਸ ਤੋਂ ਬਾਅਦ ISSF ਸੀਨੀਅਰ ਵਰਲਡ ਕੱਪ ਕੋਰੀਆ ਵਿੱਚੋਂ ਇੱਕ ਟੀਮ ਬ੍ਰੌਂਜ ਮੈਡਲ ਸੀ, ਐਂਡ ਇਸ ਵਾਰ ਇੰਡੀਵਿਜੁਅਲ ਬ੍ਰੌਂਜ ਮੈਡਲ ਹੈ ISSF ਵਰਲਡ ਕੱਪ 'ਚੋਂ ਜੋ ਇੰਡੀਆ 'ਚੋਂ ਸੀ। ਕਿਸ ਤਰ੍ਹਾਂ ਦੀ ਤੁਹਾਡੀ ਕੋਚਿੰਗ ਰਹੀ ਹੈ? ਕਾਫੀ ਵਧੀਆ ਕੋਚਿੰਗ ਰਹੀ ਹੈ, ਕਾਫੀ ਜਾਣਾਂ ਨੇ ਸਪੋਰਟ ਕੀਤਾ ਹੈ ਅਤੇ ਕਾਫੀ ਵਧੀਆ ਰਿਹਾ। ਪਰਿਵਾਰ ਵੱਲੋਂ ਕਿਸ ਤਰ੍ਹਾਂ ਸਹਿਯੋਗ ਮਿਲਿਆ? ਸਾਰਾ ਲਾਈਕ ਆਈ ਥਿੰਕ ਮੇਨ ਮੋਟੀਵੇਸ਼ਨ ਪਰਿਵਾਰ ਵੱਲੋਂ ਹੀ ਮਿਲਿਆ ਹਮੇਸ਼ਾ। ਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਨਾ ਚਾਹੁੰਦੇ ਹੋ? ਆਉਣ ਵਾਲੇ ਸਮੇਂ ਵਿੱਚ ਫਿਲਹਾਲ ਤਾਂ ਸ਼ੂਟਿੰਗ 'ਤੇ ਹੀ ਹੈ, ਤਾਂ ਉਸ ਤੋਂ ਇਲਾਵਾ ਓਲੰਪਿਕਸ ਹਜੇ ਥੋੜ੍ਹਾ ਜਿਹਾ ਦੂਰ ਹੈ, ਤਾਂ ਆਈ ਥਿੰਕ ਛੋਟੇ ਛੋਟੇ ਸਟੈਪਸ ਲੈ ਕੇ ਹੀ ਈਜ਼ੀ ਰਹਿੰਦਾ, ਤਾਂ ਵਰਲਡ ਕੱਪ ਬਾਕੂ ਹੈ ਨੈਕਸਟ, ਤਾਂ ਉਹਦੇ ਲਈ ਹੈ। ਸਾਨੂੰ ਪਤਾ ਲੱਗਾ ਵੀ ਤੁਸੀਂ MBBS ਵੀ ਕਰਨਾ ਚਾਹੁੰਦੇ ਹੋ। ਹਾਂਜੀ। ਕਿਉਂ, ਕੀ ਕੋਈ ਆ ਰਹੀ ਹੈ ਅੜਚਨ ਆ ਰਹੀ ਹੈ? MBBS ਦੇ ਵਿੱਚ ਐਗਜ਼ਾਮਸ ਨਹੀਂ ਦਿੱਤੇ ਗਏ ਇਸ ਸਾਲ, ਬਿਕੋਜ਼ ਉਹ ਕਹਿੰਦੇ ਥੋੜ੍ਹੀ ਅਟੈਂਡੈਂਸ ਪੂਰੀ ਨਹੀਂ ਹੈ ਤਾਂ ਕਰਕੇ। ਫਰੀਦਕੋਟ ਦੇ ਵਿੱਚ ਇੱਕ ਮੈਡਮ ਸੀਗੇ ਇੱਥੇ ਅਵਨੀਤ ਕੌਰ, ਉਹਨਾਂ ਤੋਂ ਕੋਈ ਪ੍ਰੇਰਣਾ ਮਿਲੀ? ਹਾਂਜੀ, ਆਈ ਥਿੰਕ ਜਦੋਂ ਮੈਂ ਫਸਟ ਆਫ ਦਾ ਸਟੇਟ ਖੇਡਣ ਗਈ ਸੀ ਤਾਂ ਮੈਨੂੰ ਉਹੀ ਮਿਲੇ ਸੀ, ਤਾਂ ਓਲੰਪੀਅਨ ਹੈ ਤਾਂ ਕਾਫੀ ਨਾਈਸ ਵੀ ਉਹ, ਵਧੀਆ ਬੋਲਦੇ ਆ ਅਤੇ ਕਾਫੀ ਪ੍ਰੇਰਣਾ ਮਿਲੀ ਉਹਨਾਂ ਤੋਂ। ਅਤੇ ਯੰਗਸ ਨੂੰ ਕੀ ਕਹਿਣਾ ਚਾਹੋਗੇ? ਯੰਗਸ ਵਾਸਤੇ ਇੱਕ ਇਹੀ ਹੈ ਕਿ ਵੀ ਅਗਰ ਤੁਹਾਨੂੰ ਪੜ੍ਹਾਈ ਪਸੰਦ ਹੈ ਜਾਂ ਤੁਹਾਨੂੰ ਸਪੋਰਟਸ ਪਸੰਦ ਹੈ, ਉਸ ਤੋਂ ਫਰਦਰ ਵੀ ਬਹੁਤ ਫੀਲਡਸ ਹੈ ਜੋ ਆਈ ਥਿੰਕ ਕਿ ਛੋਟੇ ਸ਼ਹਿਰਾਂ ਦੇ ਵਿੱਚ ਆਪਾਂ ਇੰਨਾ ਨਹੀਂ ਕਰਦੇ, ਬਟ ਵੱਡੇ ਸ਼ਹਿਰਾਂ 'ਚ ਬਹੁਤ ਉਹ ਜ਼ਿਆਦਾ ਈਜ਼ੀਲੀ ਲੋਕ ਅਡੈਪਟ ਕਰ ਲੈਂਦੇ, ਤਾਂ ਜੋ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਉਹ ਕਰੋ। ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਇਹ ਗੇਮ ਹੈ ਕਾਫੀ ਕੋਸਟਲੀ ਆ, ਔਰ ਤੁਹਾਡੇ ਪਰਿਵਾਰ ਅਫੋਰਡ ਕਰਦੇ ਆ? ਕਈ ਗਰੀਬ ਪਰਿਵਾਰ ਬਣਨਾ ਚਾਹੁੰਦੇ ਆ ਪਰ ਅਫੋਰਡ ਨਹੀਂ ਕਰਦੇ, ਸਰਕਾਰ ਤੋਂ ਕੀ ਮੰਗ ਕਰਦੇ ਉਸ ਲਈ? ਹੈ ਇਹ ਗੇਮ ਥੋੜ੍ਹੀ ਜਿਹੀ ਐਕਸਪੈਂਸਿਵ, ਬਟ ਇੱਕ ਵਾਰੀ ਜੇ ਤੁਸੀਂ ਲਾਈਕ ਕੁਛ ਕਦਮ ਚੱਕੋਗੇ ਤਾਂ, ਉਸ ਤੋਂ ਇਲਾਵਾ ਸਰਕਾਰ ਦਾ ਮੈਨੂੰ ਇੰਨਾ ਮੈਂ ਕੁਛ ਕਹਿ ਨਹੀਂ ਸਕਦੀ, ਬਿਕੋਜ਼ ਇਫ ਜਾਂ ਉਹਨਾਂ ਨੇ ਕਦੇ ਜਾਂ ਕਿਸੇ ਨੂੰ ਦਿੱਤੀ ਨਹੀਂ ਰਾਈਫਲ ਵਗੈਰਾ, ਤਾਂ ਕਦੇ ਸੁਣਿਆ ਵੀ ਨਹੀਂ। ਬਟ ਹਾਂ, ਅਗਰ ਤੁਹਾਡੇ ਰਿਜ਼ਲਟ ਆਉਂਦਾ ਤਾਂ ਬਹੁਤ ਸਪੋਂਸਰਸ ਹੁੰਦੇ ਆ ਜੋ ਵੱਡੇ ਵੱਡੇ ਸ਼ਹਿਰਾਂ ਤੋਂ, ਬੰਬੇ ਤੋਂ ਹੈ, ਤਾਂ ਉਹ ਤੁਹਾਡੀ ਹੈਲਪ ਜ਼ਰੂਰ ਕਰਦੇ ਆ, ਸਰਕਾਰ ਦਾ ਪਤਾ ਨਹੀਂ। ਸਿਫਤ ਦੇ ਪਿਤਾ ਵੀ ਆਪਣੀ ਬੇਟੀ 'ਤੇ ਮਾਣ ਕਰਦੇ ਨੇ। ਪਵਨਦੀਪ ਸਿੰਘ ਸਮਰਾ ਜੀ, ਖੁਸ਼ੀ ਹੁੰਦੀ ਹੈ ਜੀ, ਮੈਂ ਬੱਚਿਆਂ ਦੇ ਮੈਡਲ 'ਤੇ ਮਾਂ ਪਿਓ ਨੂੰ ਖੁਸ਼ੀ ਹੁੰਦੀ ਹੈ, ਸਾਰੇ ਸ਼ਹਿਰ ਨੂੰ ਬਹੁਤ ਖੁਸ਼ੀ ਹੈ, ਬਹੁਤ ਖੁਸ਼ੀ ਮਨਾਈ। ਸਵੇਰੇ 5 ਵਜੇ ਬਹੁਤ ਸਾਰੇ ਸੱਜਣ ਮਿੱਤਰ ਸਟੇਸ਼ਨ 'ਤੇ ਪਹੁੰਚੇ, ਬਹੁਤ ਖੁਸ਼ੀ ਹੋਈ, ਵੈਲਕਮ ਕੀਤਾ ਸਾਰਿਆਂ ਨੇ। ਕਿਸ ਤਰ੍ਹਾਂ ਦੀ ਤਿਆਰੀ ਕਰਵਾਈ ਸੀ? ਤਿਆਰੀ ਵੈਲਕਮ ਜੀ, ਤਿਆਰੀ ਦਾ ਮਤਲਬ ਬੱਚੇ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ, ਇਸ ਮੁਕਾਮ 'ਤੇ ਪਹੁੰਚਣ ਲਈ ਜੀ, ਪਹਿਲਾਂ ਤਾਂ ਬਿਗਨਿੰਗ ਤੋਂ ਡਿਸਟ੍ਰਿਕਟ ਲੈਵਲ ਤੋਂ ਸਟਾਰਟ ਕਰਾਈ। ਇੱਥੇ ਫਰੀਦਕੋਟ 'ਚ ਕੋਈ ਰੇਂਜ ਨਾ ਹੁੰਦੇ, ਚੰਡੀਗੜ੍ਹ ਜਾਂਦੇ ਸੀ ਪ੍ਰੈਕਟਿਸ ਵਾਸਤੇ ਜੀ, ਫਿਰ ਉਦੋਂ ਬਾਅਦ ਅਗਲਾ ਟਾਰਗੇਟ ਦਿੱਲੀ ਜਾਣ ਲੱਗ ਪਏ ਜੀ, ਫਿਰ ਇਹ ਖੇਲੋ ਇੰਡੀਆ ਸਿਲੈਕਟ ਹੋ ਗਈ, ਫਿਰ ਇਹ ਦਿੱਲੀ ਹੁਣ ਪ੍ਰੈਕਟਿਸ ਕਰਦੀ ਹੈ ਜੀ, ਅਤੇ ਸੋ ਉੱਥੇ ਹੁਣ
ज़्यादा टाइम दिल्ली होंगी है। सानू पता लगा भी बेटी का सपना पूरा करने लई तुसीं घरे ही रेंज बना ली। हाँ जी घरे रेंज बनाई सी जी दोनों 50 भी 10 भी, पर हुणे ज़्यादातर प्रैक्टिस दिल्ली करती है क्योंकि दिल्ली हुण खेलो इंडिया च है, उत्थे सारियां फैसिलिटीज सेंटर गवर्नमेंट दे रही है इहनू, इसलिए हुण सरकारां वल्लों तो है कोई आस? सरकारां तो आस तो हरेक बंदे नूं हुंदी है जी, पूरी होगी कदे ना कदे। तां बेटी का सपना तो यही है जी, हम प्रैक्टिस कर रही है कि एशियन गेम्स आ रही है, पहले तो उस 24 ओलंपिक्स आ रही है, बेटी ठीक कर रही है जी, बाकी किस्मत। डॉक्टरी लाइन भी पाना चाहते हैं? MBBS फर्स्ट ईयर च है जी, उहदे ते सानू अड़चन सानू ही एग्जाम नहीं दे दिते, फर्स्ट ईयर साडा ऑलमोस्ट एक बार खत्म ही है। सरकारां नूं की व्यवहार लगा? सरकारां नूं यही कहने जी जे हो सके तो थोड़ा मोटा कोशिश करके सानू पेपर देने की परमिशन दी जाए। फरीदकोट तो सेंट सोल्जर टाइम्स लई प्रेम पासी की रिपोर्ट।